ਬੜੀ ਕਾਲੀ ਏ ਕਾਲੀ ਤੂੰ ਤੇ ਚਿੱਟੀ ਬਣੀ ਏ ਵੇ ਪਾਗਲਾ ਅੱਜ ਮੇਰੀ ਮਾਮੇ ਦੀ ਧੀ ਦਾ ਵਿਆਹ ਏ ਓ ਲਾਂਦਰ ਭੇਜ ਮਾਮੇ ਦੀ ਧੀ ਨਾਲ ਵਿਆਹ ਕੀ ਮਤਲਬ ਆਪਣੇ ਵਿਆਹ ਦੀ ਗੱਲ ਕਰ ਮੈਂ ਨਹੀਂ ਹਲੇ ਵਿਆਹ ਕਰਨਾ ਕਿਉਂ ਕਿਸੇ ਨੇ ਡਰਾਇਆ ਫੇ ਨਹੀਂ ਕੋਈ ਆਰਮੀ ਚ ਸੜ ਗਿਆ ਕੋਈ ਵੇ ਪਾਗਲਾ ਗੱਲ ਐ ਵੀ ਕਿ ਮੈਂ ਵਿਆਹ ਕਰਨਾ ਹੈ ਕਿਸੇ ਅਮੀਰ ਜੇ ਬੰਦੇ ਨਾਲ ਲੈ ਸਾਡੇ ਤੋਂ ਅਮੀਰ ਕੌਣ ਹੈਗਾ ਅੱਛਾ ਗੱਲ ਸੁਣ ਅਜੀ ਸਾਡਾ ਵਿਆਹ ਹੋ ਗਿਆ ਤੇ ਅਸੀਂ ਹਨੀਮੂਨ ਕਿੱਥੇ ਮਨਾਵਾਂਗੇ ਜਿੱਥੇ ਦਾੜੀ ਮਨਾਈ ਦੀ ਹੈ ਫੇ ਨਹੀਂ ਕੋਈ ਚੰਗੀ ਜੀ ਥਾਂ ਦੱਸ ਨਾ ਕਾਬਲ ਮਨਾਵਾਂਗੇ ਕਾਬਲ ਨਾ ਅਸੀਂ ਨਹੀਂ ਜਾਂਦੇ ਉੱਥੇ ਤਾਲਬਾਨ ਦੇ ਵਿੱਚ ਬਹਿ ਕੇ ਤੂੰ ਕੱਲਾ ਹੀ ਜਾਈਂ ਫੇਰ ਅੱਛਾ ਇਹ ਦੱਸ ਕਿ ਸਾਡੇ ਬੱਚੇ ਕਿੰਨੇ ਹੋਣਗੇ ਅੰਨੇ ਵਾਹ ਕਿਉਂ ਜਾਨ ਨੂੰ ਇਹ ਗੁੱਸਾ ਹੀ ਬਹੁਤ ਹੈ ਕਿਹਦੇ ਤੇ ਇਹ ਬੱਚਿਆਂ ਦੇ ਜਿੰਨਾ ਕਿੰਨਾ ਲੇਟ ਹੋਣ ਦਿਆ ਤੋਂ ਪਾ ਵੀ ਬਾਉ ਕਿਉਂ ਜੀ ਇਹ ਗੱਲਾਂ ਕਰਨਾ ਪਿਆ ਵੇ ਨਾ ਨਾ ਕਹਿ ਹਰਾਮ ਦਾ ਮਾਲ ਵੀ ਬਾਉ ਬਦਤਮੀਜ਼ੀ ਨਾ ਕਰੀ ਮੈਂ ਹੁਣ ਬਦਤਮੀਜ਼ੀ ਆਪਣੀ ਵਾਲੀ ਬਦਤਮੀਜ਼ੀ ਹੈ ਸਾਡਾ ਚੁੰਨਿਆ ਵੜ ਵੜ ਕੇ ਅੱਛਾ ਨਾਂ ਨਹੀਂ ਦੱਸਿਆ ਤੂੰ ਆਪਣਾ ਤੇਰਾ ਕੀ ਨਾਂ ਹੈ ਪਹਿਲੇ ਤੂੰ ਦੱਸ ਮੇਰਾ ਨਾਂ ਹੈ ਬਿੱਲੀ ਮੇਰਾ ਨਾਂ ਕਬੂਤਰ ਹੈ ਬਿੱਲੀ ਹੈ ਮੈਨੂੰ ਮੂੰਹ ਚ ਪਾ ਕੇ ਝਾੜੀਆਂ ਚ ਲੈ ਜਾ ਮੈਨੂੰ ਫੀਤੀ ਫੀਤੀ ਕਰਦੇ ਇੱਥੇ ਚੱਕ ਮਾਰ ਸ਼ਾਹ ਜੀ ਰੱਖਦੇ ਤੇ ਸਾਰਾ ਕੀ ਨਾਂ ਹੈ ਤੁਹਾਡਾ ਨਾਂ ਕੀ ਖੰਗ ਗਈ ਆ ਜਾਵੇ ਵੇ ਮੇਰਾ ਨਾਂ ਹੈ ਬਿੱਲੀ ਬਿੱਲੀ ਹਾਂ ਮੈਨੂੰ ਛਿਛੜਾ ਕਹਿੰਦੇ ਨੇ ਜੀ ਬਿੱਲੀਏ ਮੈਨੂੰ ਮੂੰਹ ਚ ਪਾ ਕੇ ਨਾ ਚਾਚੇ ਦੀ ਝੋਲੀ ਚ ਲੈ ਜਾ ਤੇ ਬਾਉ ਕੀ ਹੋ ਗਿਆ ਤੈਨੂੰ ਮੈਨੂੰ ਕੁਛ ਨਹੀਂ ਹੋਇਆ ਪੱਪੂ ਦੀ ਮਾਂ ਪੱਪੂ ਦੀ ਮਾਂ ਹੈ ਪੱਪੂ ਕੌਣ ਹੈ ਮੈਂ ਵਿਆਹ ਦੇ ਬਾਅਦ ਪੱਪੂ ਨੇ ਨਹੀਂ ਆਣਾ ਪੱਪੂ ਨੇ ਆਣਾ ਭੋਲੀ ਨੇ ਆਣਾ ਅਨੀ ਨੇ ਆਣਾ ਪੱਟੀ ਨੇ ਆਣਾ ਮੈਂ ਤੇ ਤੂੰ ਵੇਖੀ ਮੈਂ ਸੌ ਨਹੀਂ ਲੈਣ ਦੇਣਾ ਚੱਲ ਵੇ ਜਾ ਸਮੇਂ ਜਾ ਰਹੀ ਹੈ ਮੈਨੂੰ ਦੇਰ ਹੋ ਰਹੀ ਹੈ ਤੇ ਪਾਂਡਾ ਸਮਾਨ ਲੈ ਹੌਲੀ ਹੌਲੀ ਟੁਰਿਆ ਕਰੇ ਕੁੰਡਲ ਪਾ ਕੇ ਨਾ ਟੁਰਿਆ ਕਰ ਮੈਂ ਕਿਹਾ ਬਿੱਲੀਏ ਹਾਂ ਇਹ ਬਿੱਲੀ ਕਿਸ ਤਰ੍ਹਾਂ ਬੋਲਦੀ ਹੈ ਮਿਆਉਂ ਮਿਆਉਂ ਮੇਰਾ ਖਾਲਿਆ ਦੇ ਆਂਡੇ ਦਾ ਟਾਈਮ ਹੋ ਗਿਆ ਚਾਚਾ ਦੱਸਣਾ ਵੇ ਚੱਲ ਇਹ ਭਾਂਡਾ ਸੰਭਾਲ ਦੁੱਧ ਵਾਲਾ ਦੁੱਧ ਚੁਕਾ ਫੇ ਚੱਲ ਚੁੱਕ ਕਰ ਵੇਖ ਕੀ ਕਰਨ ਦੇ ਮਰ ਚੜਿਆ ਨਾ ਐਵੇਂ ਕਮਜ਼ੋਰੀ ਦੇ ਬੱਚਾ ਚਲੋ ਬਿਸਮਿਲਲਾ ਅੱਲਾ ਸ਼ਾਫੀ ਅੱਲਾ ਕਾ ਵੇ ਚੱਲ ਜਾ ਵੀ ਤੂੰ ਕਾਹਦੇ ਚਾਕੇ ਨੇ ਚੱਲ ਮੈਂ ਐਦਰ ਮੂੰਹ ਕਰ ਲੈਣਾ ਐ ਠੀਕ ਹੈ ਹੈ ਮੇਰੇ ਕੰਨਾਂ ਤੇ ਵੀ ਅੱਖਾਂ ਲੱਗੀਆਂ ਹੋਈਆਂ ਨੇ ਮਰ ਜਾਣੇ ਬੜਾ ਪੂੰਡ ਹੈ ਤੂੰ ਪੂੰਡ ਨਹੀਂ ਮੈਂ ਦੁੱਧ ਵਾਕੀ ਮੱਝਾਂ ਦਾ ਹੀ ਹੁੰਦਾ ਹੀ ਆ ਮਰ ਜੜਿਆ ਖਾਲਸ ਮੱਝਾਂ ਦਾ ਹੀ ਹੁੰਦਾ ਬੜਾ ਗਾੜਾ ਦੁੱਧ ਹੀ ਪੀ ਕੇ ਵੇਖੀ ਟੀਵੀ ਤੇ ਉਹੀ ਦੁੱਧ ਆਉਂਦਾ ਨਾ ਕਿਹੜਾ ਗਾੜਾ ਜੋ ਹੈ ਦਬਾਓ ਮੈਂ ਕਿਹਾ ਜੀ ਗੱਲ ਸੁਣੋ ਇੱਧਰ ਜਨਾਬ ਤੁਸੀਂ ਸਾਡੀ ਗੱਲ ਸੁਣੋ ਕੌਣ ਹੋ ਜੀ ਤੁਸੀਂ ਇਹ ਜਨਾਬ ਮੈਨੂੰ ਨਹੀਂ ਪਛਾਣਿਆ ਜੀ ਨਹੀਂ ਮੈਨੂੰ ਪੁੱਛਣ ਦਾ ਕੌਣ ਹੋ ਤੁਸੀਂ ਇਹ ਤੁਹਾਡੇ ਮੱਲੇ ਵਾਲੇ ਅਜੀਬ ਨੇ ਕਿਉਂ ਕੀ ਹੋਇਆ ਬੰਦਾ ਗਲੀ 'ਚ ਮੰਜੀ ਡਾਹ ਕੇ ਸੁੱਤਾ ਅੱਛਾ ਆਪ ਉਹ ਸੁੱਤਾ ਮਸਲਾ ਉਹਨੇ ਖੜਾ ਕੀਤਾ ਮਤਲਬ ਕਿ ਪੂਰੀ ਗਲੀ ਬੰਦ ਕੀਤੀ ਅੱਛਾ ਉਤੋਂ 3 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਕਿਉਂ ਮਾਂ ਮੇਰੀ ਮਸਰੂਫ ਹੀ ਬੜੀ ਹੈ ਕਿਵੇਂ ਅੱਬੇ ਨੇ ਮਸਲਾ ਖੜਾ ਕੀਤਾ ਮੇਰਾ ਵਿਆਹ ਰੱਖਤਾ ਸੀ ਅੱਛਾ ਮਾਂ ਮੇਰੀ ਵਿਹੜੇ 'ਚ ਬਹਿ ਕੇ ਵਰੀ ਟਾਂਗਣ ਡਈ ਹੈ ਹਾਂ ਛੋਟੇ ਭਰਾ ਨੇ ਮਸਲਾ ਖੜਾ ਕਰਤਾ ਨਿਕਾਹ ਮੇਰਾ ਮਸਲਾ ਛੋਟੇ ਦਾ ਖੜਾ ਹੋ ਗਿਆ ਹੁਣ ਆਪਣੇ ਹਿਸਾਬ ਲਾ ਲਓ ਤੁਸੀਂ ਅੱਜ ਜਦੋਂ ਦੇ ਤੁਸੀਂ ਕੈਨੇਡਾ ਤੋਂ ਪਾਕਿਸਤਾਨ ਆਏ ਹੋ ਆ ਸਾਰੇ ਲੋਕਾਂ ਨੇ ਮਸਲਾ ਖੜਾ ਕਰਤਾ
ਅਗਲੇ ਕਹਿੰਦੇ ਡਾਂਸ ਵਿਖਾਓ ਵੀ ਦੌਰ ਮਿਲੇ ਪਵੰਦੀ ਰਾਈ ਕਿ ਤੂੰ ਆ ਜੀ ਸਹੀ ਗੱਲ ਹੈ ਜੀ ਚੌਰੀ ਨੀਫ ਕੱਲਾ ਨਹੀਂ ਆਇਆ ਨਾਲ ਉਹਦਾ ਕੁੱਕੜ ਵੀ ਆਇਆ ਇਹ ਚੌਰੀ ਨੀਫ ਦਾ ਕੁੱਕੜ ਮਾਮੂਲੀ ਕੁੱਕੜ ਨਹੀਂ ਅੱਛਾ ਇਹ ਲੜਾਕਾ ਕੁੱਕੜ ਹੈ ਅੱਛਾ ਐਡੀ ਮੋਟੀ ਤੌਣ ਹੈ ਮੇਰੇ ਕੁੱਕੜ ਦੀ ਮੈਂ ਤੇਰੇ ਕੁੱਕੜ ਦੀ ਤੌਣ ਨਾ ਆਟੀ ਥੱਲੇ ਰੱਖ ਕੇ ਦੇ ਦੇਣੀ ਨਹੀਂ ਇੰਜ ਤਾਂ ਬੰਦੇ ਦਾ ਸਾਹ ਬੰਦ ਹੋ ਜਾਂਦਾ ਭਾਈ ਕੁੱਕੜ ਦਾ ਸਾਹ ਬੰਦ ਹੋ ਜਾਣਾ ਬੰਦਾ ਕੀ ਸ਼ਾਇ ਇਹ ਚੌਰੀ ਨੀਫ ਦਾ ਕੁੱਕੜ ਹੈ ਕੋਈ ਆਮ ਕੁੱਕੜ ਇਹ ਮਾਮੂਲੀ ਕੁੱਕੜ ਨਹੀਂ ਸਹੀ ਗੱਲ ਇਹ ਤੇ ਅੰਗਰੇਜ਼ੀ ਫਿਲਮ ਵੇਖ ਕੇ ਆਵੇ ਸਿੱਧਾ ਛੱਪੜ ਚ ਵੜ ਜਾਂਦਾ ਇਹ ਮਾਮੂਲੀ ਕੁੱਕੜ ਨਹੀਂ ਅੱਛਾ ਇਹ ਚੌਰੀ ਨੀਫ ਦਾ ਕੁੱਕੜ ਹੈ ਆ ਵੇਖੋ ਨਾ ਮੈਂ ਕਾਲਾ ਵਾ ਕੁੱਕੜ ਮੇਰਾ ਲਾਲ ਹੈ ਲਾਲ ਕਿਵੇਂ ਇਹ ਲੜ ਲੜ ਕੇ ਲਾਲ ਹੋਇਆ ਕੁੱਕੜ ਨਹੀਂ ਚੌਰੀ ਨੀਫ ਦਾ ਕੁੱਕੜ ਏ ਇਹ ਮਾਮੂਲੀ ਕੁੱਕੜ ਨਹੀਂ ਇਹਨੂੰ ਗੁੜਤੀ ਚਾਚੇ ਦੀ ਏ ਇਹ ਕੁੱਕੜ ਆਪਣਾ ਆਪਣਾ ਜੀ ਸਹੀ ਗੱਲ ਕੀ ਸਮਝੇ ਇਹ ਚੌਰੀ ਨੀਫ ਦਾ ਕੁੱਕੜ ਮਜ਼ੇਦਾਰ ਕੁੱਕੜ ਅੱਛਾ ਕੀ ਬਾਤ ਇਸ ਕੁੱਕੜ ਦੀ ਆ ਵੇਖੋ ਨਾ ਇਹ ਅਲਾਮੇ ਨੂੰ ਆਉਂਦਾ ਬੜਾ ਆ ਪਰਸੋਂ ਦੀ ਗੱਲ ਸੁਣ ਲਓ ਆ ਗੁਆਂਢੀਆਂ ਦੀ ਕੁੱਕੜੀ ਦੇ ਮੂੰਹ ਤੇ ਵਿੱਚ ਕਰ ਆਇਆ ਮੈਂ ਫਿਰ ਇਹਨੂੰ ਮਾਰਿਆ ਅੱਛਾ ਕੁੱਟਿਆ ਰੋਇਆ ਫਿਰ ਬੜਾ ਰੋਇਆ ਮੈਂ ਫਿਰ ਪਿਆਰ ਕੀਤਾ ਸੌ ਗਿਆ ਇਹ ਪਰਸੋਂ ਦਾ ਸੁੱਤਾ ਉੱਠਣ ਹੀ ਨਹੀਂ ਡਿਆ ਇਹ ਚੌਰੀ ਨੀਫ ਦਾ ਕੁੱਕੜ ਇਹ ਠਾਉਣਾ ਪੈਣਾ ਆਰਾਮ ਨਾਲ ਰਹੀ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਸਮਝ ਆਈ ਤਮੀਜ਼ ਨਾਲ ਮੈਂ ਤਾਂ ਕਰ ਲਾਂਗਾ ਕੁੱਕੜ ਨੂੰ ਸਮਝਾਓ ਨਾ ਇਹ ਚੌਰੀ ਨੀਫ ਦਾ ਕੁੱਕੜ ਏ ਅੱਛਾ ਇਹ ਬਹੁਤਾ ਸੁੱਤਾ ਹੀ ਰਹਿੰਦਾ ਇੱਕ ਦਿਨ ਉੱਠਿਆ ਸੁੱਤਾ ਸੀ ਬਸ ਟੀਵੀ ਲਾਇਆ ਮੈਂ ਗਾਣਾ ਲੱਗਾ ਸੀ ਮੈਂ ਠਰ ਗਈ ਹਾਂ ਉੱਠ ਕੇ ਟੀਵੀ ਚ ਵੱਜਾ ਜੀ ਇਹ ਚੌਰੀ ਨੀਫ ਦਾ ਕੁੱਕੜ ਸੁੱਤਾ ਇਹਨੂੰ ਉਠਾਉਣਾ ਪੈਣਾ ਇਹਨੂੰ ਹੋਸ਼ ਤੋਂ ਆਉਣੀ ਪੈਣੀ ਅੱਛਾ ਹੱਥ ਲਾ ਕੇ ਵੇਖ ਲਓ ਕਿੱਡਾ ਤੱਤਾ ਇਹ ਚੌਰੀ ਨੀਫ ਦਾ ਕੁੱਕੜ ਹੈ ਇਹ ਮਾਮੂਲੀ ਕੁੱਕੜ ਨਹੀਂ ਕੌਣ ਇਸ ਕੁੱਕੜ ਦੀਆਂ ਵਰਾਇਟੀਆਂ ਵੇਖਣੀਆਂ ਇਹਦੀ 5-6 ਦਿਨ ਮਾਲਿਸ਼ ਕਰਕੇ ਵੇਖੋ ਮਾਮੂਲੀ ਕੁੱਕੜ ਨਹੀਂ ਚੌਰੀ ਨੀਫ ਦਾ ਕੁੱਕੜ ਇਹ ਜਨਾਬ ਲੜਨ ਵਾਲਾ ਕੁੱਕੜ ਏ ਮੈਂ ਸੁਣਿਆ ਲੜਾਈ ਤੋਂ ਬਾਅਦ ਜਦੋਂ ਤੇਰਾ ਕੁੱਕੜ ਜਿੱਤਦਾ ਤੂੰ ਇਹਨੂੰ ਆਪੇ ਹੀ ਚੁੰਮਣਾ ਵੀ ਮੈਨੂੰ ਕਿਸ ਗੱਲੋਂ ਕੁੱਤੀ ਕਹਿਣ ਡੇ ਨੌਨਸੈਂਸ ਸਟੂਪਿਡ ਕੀ ਕਿਹਾ ਉਹਨੇ ਉਸੇ ਮਾਲੂਮ ਹੈ ਕਿਆ ਕਿਹਾ ਕੀ ਕੀਤਾ ਉਸਨੇ ਹਮਾਰੀ ਆਂਖੋਂ ਮੇਂ ਆਂਖ ਡਾਲਾ ਅੱਛਾ ਹਮਨੇ ਉਸਕੀ ਆਂਖੋਂ ਮੇਂ ਆਂਖ ਡਾਲਾ ਅੱਛਾ ਹਮਨੇ ਉਸਕੋ ਪੁੱਛਾ ਕੀ ਵੇਖ ਰਿਹਾ ਕੁੱਤੇ ਦੇ ਪੁੱਤਰਾ ਇਹ ਤੁਸੀਂ ਕਿਤੇ ਮੈਨੂੰ ਤਾਂ ਨਹੀਂ ਕਹਿਣ ਡੇ ਕੁੱਤੇ ਕਾ ਬਾਤ ਕਰਤਾ ਹੈ ਤੁਮ ਤੋ ਕੁੱਤੀ ਹਾਏ ਓ ਪਾਜੀ ਕੁੱਤੇ ਨੇ ਤੁਹਾਨੂੰ ਕਿਹਾ ਕੀ ਹੈ ਹਮਨੇ ਉਸਕੋ ਪੁੱਛਾ ਆਗੇ ਸੇ ਕਹਤਾ ਸੇਮ ਟੂ ਯੂ ਇੱਥੋਂ ਦੇ ਕੁੱਤੇ ਅੰਗਰੇਜ਼ੀ ਵੀ ਬੋਲਦੇ ਨੇ ਬੋਲਤੇ ਕਿਆ ਅੰਗਰੇਜ਼ੀ ਸਮਝਤੇ ਵੀ ਹੈ ਅੱਛਾ ਜੀ ਸਿਟ ਡਾਊਨ ਇਹ ਤੁਸੀਂ ਮੈਨੂੰ ਕਹਿਣ ਲੱਗੇ ਹੋ ਮੰਨਾਂ ਓ ਮਾਈ ਗॉड ਪਾਕਿਸਤਾਨ ਆ ਕੇ ਟੈਨਸ਼ਨ ਵਿੱਚ ਫਸ ਗਿਆ ਕਿੱਥੋਂ ਆਏ ਹੋ ਆਈ ਐਮ ਕਮਿੰਗ ਫਰਮ ਅਮਰੀਕਾ ਅਮਰੀਕਾ ਯੈਸ ਮਾਈ ਨੇਮ ਇਜ਼ ਵਿਕੀ ਵਿਕੀ ਪਾਕਿਸਤਾਨ ਆ ਕੇ ਹਮ ਟੈਨਸ਼ਨ ਵਿੱਚ ਫਸ ਗਿਆ ਕੀ ਹਮ ਏਅਰਪੋਰਟ ਸੇ ਵੈਗਨ ਦੇ ਵਿੱਚ ਬੈਠਾ ਵੈਗਨ ਦੇ ਵਿੱਚ ਰਾਸ਼ੀ ਬੜਾ ਸੀ ਅੱਛਾ ਕੰਡਕਟਰ ਮੈਨੂੰ ਕਹਿੰਦਾ ਪਿੱਛੇ ਜਾ ਕੇ ਇੰਜ ਖਲੋ ਜਾ ਬਸ ਮੈਂ ਆਪਣਾ ਕਿਰਾਇਆ ਦੇਣ ਲੱਗਾ ਪਿੱਛੋਂ ਆਵਾਜ਼ ਰਹਿਣ ਦੇ ਹੋ ਗਏ ਹੈ
ਇਹ ਪਾਕਿਸਤਾਨ ਇੱਥੇ ਹਰ ਕੰਮ ਫਾਸਟ ਹੁੰਦਾ ਓ ਮਾਈ ਗੋਡ ਯਾ ਹਾਂਜੀ ਇੱਥੇ ਬੜੀਆਂ ਪ੍ਰੋਬਲਮ ਨੇ ਔਰ ਕੀ ਟੈਨਸ਼ਨ ਹੈ ਕੱਲ ਮੈਂ ਇੱਕ ਡਾਕਟਰ ਕੋ ਗਿਆ ਯਸ ਮੈਂ ਕਹਿੰਦੀ ਮੈਂ ਖਲੋਣਾ ਤੇ ਮੇਰੇ ਗੋਡਿਆਂ 'ਚ ਦਰਦ ਹੁੰਦੀ ਅੱਗੋਂ ਕਹਿੰਦਾ ਮੈਂ ਕੀ ਕਰਾਂ ਮੇਰੇ ਬੈਠਿਆਂ ਹੋਣ ਦੇ ਕੱਲ ਮੈਂ ਹਸਪਤਾਲ ਗਿਆ ਯਸ ਇੱਕ ਪਾਸੇ ਲਿਆ ਮੁਫਤ ਇਲਾਜ ਕਰੇ ਯਸ ਇੱਕ ਪਾਸੇ ਲਿਆ ਫੀਸ ਅਦਾ ਕਰੇ ਮੈਂ ਮੁਫਤ ਵਾਲੇ ਬੂਹੇ ਥਾਣੀ ਅੰਦਰ ਵੜਿਆ ਅੱਗੋਂ ਗਰਾਊਂਡ ਸ਼ੁਰੂ ਹੋ ਗਈ ਮੈਂ ਵਾਪਸ ਆਇਆ ਮੈਂ ਕਿਹਾ ਡਾਕਟਰ ਸਾਹਿਬ ਅੱਗੇ ਤਾਂ ਗਰਾਊਂਡ ਸ਼ੁਰੂ ਹੋ ਗਈ ਕਹਿੰਦਾ ਤੁਰੇ ਫਿਰੇਗਾ ਠੀਕ ਹੋ ਜਾਏ ਮਾਈ ਗੋਡ ਹੈ ਤੇ ਕੁਛ ਨਹੀਂ ਜੋ ਮੇਰੇ ਨਾਲ ਹੋਈ ਕੀ ਮੈਂ ਕਸਾਈ ਦੀ ਦੁਕਾਨ ਦੇ ਅੱਗੋਂ ਨਿਕਲਿਆ ਕਸਾਈ ਮੈਨੂੰ ਕਹਿੰਦੇ ਸ਼ਹਿਜ਼ਾਦੇ ਗੋਸ਼ਤ ਖਾਣੀ ਮੈਂ ਕਿਹਾ ਖਾ ਲਾਂਗੇ ਅੱਗੋਂ ਕਹਿੰਦਾ ਵੜ ਜਾ ਫੱਟੇ ਥੱਲੇ ਬੰਦਾ ਪੁੱਛੇ ਮੈਂ ਉੱਥੇ ਬੱਚੇ ਦਿੱਤੇ ਨੇ ਜਿਹਨੇ ਬੱਚੇ ਦਿੱਤੇ ਨੇ ਉਹ ਤੇ ਇੱਥੇ ਖਲੋਤੀ ਹੈ ਤੁਸੀਂ ਮਿਲਣ ਆਏ ਹੋ ਯਾ ਇਸ ਘਰ ਦੇ ਵਿੱਚ ਜਗੀਰਦਾਰ ਸਾਹਿਬ ਨੇ ਉਹਨਾਂ ਦੀ ਔਲਾਦ ਹੈ ਯਸ ਇੱਕ ਮੁੰਚੀ ਹੈ ਮੁੰਚੀ ਇੱਕ ਨੌਕਰਾਨੀ ਓ ਮੈਂ ਹੁਣੇ ਬੁਲਾਉਣਾ ਨੌਕਰਾਨੀ ਨੌਕਰਾਨੀ ਨੂੰ ਹਾਂਜੀ ਐਵੇਂ ਤਕੱਲਫ ਹੀ ਕਰਨ ਲੱਗਾ ਹੈ ਓਕੇ ਓਕੇ ਸਦੋ ਸਦੋ ਸ਼ਰੀਫਾ ਸ਼ਰੀਫਾ ਆ ਵੇ ਕੌਣ ਹੈ ਇਹ ਮੇਰੇ ਸਾਥ ਵੇ ਓ ਸ਼ਿਵਾਨ ਸਜਾਉਣੇ ਸੀ ਟੇਬਲ ਐ ਸਿਆ ਲਵ ਯੂ ਤੋਬਾ ਟੇਕੀ ਮਾਈ ਦੀ ਝੁਗੀ ਇਹ ਕਿਹੜਾ ਅੰਗਰੇਜ਼ ਹੈ ਜਿਹਨੂੰ ਮਾਈ ਦੀ ਝੁਗੀ ਦਾ ਪਤਾ ਹੈ ਖਾਦਾ ਅੰਗਰੇਜ਼ ਜਿਹਨੂੰ ਬੱਚਾ ਪੈ ਗਿਆ ਓ ਮਾਈ ਗੋਡ